हुण तुहानूं एक होर खास चीज़ दिखाउण जा रहे हां। तुसीं देख सकदे हो भी इत्थे प्रबंध जो पूरे पुख्ता हो रहे ने। आटा गुन्नण वालियां मशीनां भी लग गईआं। आपां वीर जी तों पुछांगे, देखण नूं आटा सिंपल नहीं लग रहा, इदां लग रहा शायद जिवें परौंठे नाल पुछदे आं। बाई जी नाल, बाई जी गल पता बाई आ केड़ा आटा गुन्निया जी आपां? ਵੀ ਕੀ ਆ, ਸਿੰਪਲ ਤਾਂ ਲੱਗਣੀ ਆ, ਇੱਦਾਂ ਲੱਗਦਾ ਜਿਵੇਂ ਪਰੌਂਠਿਆਂ ਦਾ। ਹਾਂ ਪਰੌਂਠੇ ਮੂਲੀਆਂ ਪਾ ਕੇ। ਅੱਛਾ ਜੀ, ਇਹ ਪਰੌਂਠੇ ਫਿਰ ਸਾਰਾ ਦਿਨ ਹੀ ਚੱਲਦੇ ਆਪਣੇ? ਇਹ ਸਵੇਰੇ ਸਵੇਰੇ। ਅੱਛਾ ਜੀ, ਤਾਂ ਫਿਰ ਆਪਣਾ ਦਿਨ 'ਚ ਸਾਰਾ ਕੀ ਕੀ ਚੱਲਦਾ ਉਰੇ ਲੰਗਰ 'ਚ? ਉਰੇ ਤਾਂ ਸਬਜ਼ੀ ਵੀ ਹੁੰਦੀ ਹੈ ਤਰੀ ਵਾਲੀ, ਕਈ ਵਾਰੀ ਸੁੱਕੀ ਸਬਜ਼ੀ, ਖੀਰ ਬਣਾਉਂਦੇ ਹੈ, ਅੱਜ ਪ੍ਰਸ਼ਾਦ ਬਣਾਇਆ। ਦੇਖਣ ਨੂੰ ਪਕੌੜੇ ਵੀ ਨਜ਼ਰ ਆ ਰਹੇ ਨੇ। ਪਕੌੜੇ ਇਹ 7-10 ਤੱਕ ਪਕੌੜੇ ਚੱਲਦੇ। ਅੱਛਾ, 7-10 ਤੱਕ ਪਕੌੜੇ। ਗੋਭੀ ਦੇ, ਬ੍ਰੈਡ, ਪਾਲਕ ਦੇ। ਜੋ ਮਸ਼ੀਨ ਆ ਇਹ ਵੀ ਤੁਸੀਂ ਮਾਨੀ ਕਿ ਵੀ ਕੰਮ ਫਾਸਟ ਵਾਲੀ ਕਰਤਾ, ਜਿੰਨੀ ਮਰਜ਼ੀ ਸੰਗਤ ਆਵੇ ਵੀ ਆਟਾ ਗੁੰਨਣ ਲਈ ਵੀ ਮਸ਼ੀਨਾਂ ਹੀ ਫਿੱਟ ਕਰਤੀ? ਹਾਂ ਜੀ, ਮਸ਼ੀਨਾਂ 4 ਕੁਇੰਟਲ ਡੇਲੀ ਗੁੰਨਣਾ। ਹੋਰ ਕੋਈ ਗੱਲ ਕਹਿਣੀ ਚਾਹੋ ਤੁਸੀਂ? ਤੁਸੀਂ ਆਹ ਬਾਈ ਜੀ ਹੋਰਾਂ ਦਾ ਲੰਗਰ ਪੂਰਾ ਦੇਖ ਸਕਦੇ ਹੋ। ਉੱਧਰ ਪਕੌੜੇ ਬਣੇ ਪਏ ਨੇ, ਲੰਗਰ ਦੀ ਜੋ ਉੱਧਰ ਕਾਲੇ ਛੋਲੇ ਤਿਆਰ ਹੋ ਰਹੇ ਨੇ, ਪਰੌਂਠੇ ਬਣ ਗਏ, ਇੱਧਰ ਪੂਰੇ ਜੋ ਲੰਗਰ 'ਚ ਸੇਵਾਦਾਰ ਚੱਲ ਰਹੇ ਨੇ ਤੁਸੀਂ ਦੇਖ ਸਕਦੇ ਹੋ। ਉੱਧਰ ਜੋ ਪਰੌਂਠੇ ਲੈ ਰਹੇ ਨੇ, ਇੱਧਰ ਚਾਹ ਦਾ ਲੰਗਰ ਵੀ ਨਾਲ ਦੇ ਨਾਲ ਚੱਲ ਰਿਹਾ। ਇੱਧਰ ਤੁਸੀਂ ਦੇਖ ਸਕਦੇ ਹੋ ਜੋ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਬੈਰੀਗੇਟ ਲਾਏ ਗਏ ਸੀ, ਇੱਧਰ ਟਰੈਕਟਰਾਂ ਪਿੱਛੇ ਪਾਏ ਹੋਏ ਨੇ 71-72 ਕਰੈਕ ਮਹਿਕਮਾ। ਇਹ ਜੋ ਕਿਸਾਨਾਂ ਨੇ ਆਪਣਾ ਟ੍ਰੈਫਿਕ ਕੰਟਰੋਲ ਕਰਨ ਲਈ ਟਰੈਕਟਰਾਂ ਦੇ ਪਿੱਛੇ ਬੈਰੀਗੇਟ ਪਾ ਕੇ ਵਿਚਾਲੇ ਲਾ ਕੇ ਟ੍ਰੈਫਿਕ ਕੰਟਰੋਲ ਕਰ ਰਹੇ ਨੇ, ਕਿਉਂਕਿ ਜੋ ਇੱਥੇ ਟ੍ਰੈਫਿਕ ਆ, ਟ੍ਰੈਫਿਕ ਦੀ ਥੋੜ੍ਹੀ ਸਮੱਸਿਆ ਜ਼ਿਆਦਾ ਹੋ ਰਹੀ ਆ, ਰੋਂਗ ਸਾਈਡ ਜਾਣ ਨਾਲ ਲੋਕ। ਇਹਨੂੰ ਦੇਖੋ ਤੁਸੀਂ ਵਿਚਾਲੇ ਲਾਤੇ, ਪੂਰਾ ਪ੍ਰਬੰਧ ਕਰ ਰਹੇ ਆ ਕਿਸਾਨਾਂ ਨੂੰ ਜੋ ਬੈਰੀਗੇਟ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ। ਅੱਜ ਉਹੀ ਕਿਸਾਨਾਂ ਨੇ ਵਰਤੋਂ 'ਚ ਲਿਆ ਕੇ ਸਿਰਾ ਕਰਾਤੀ ਗੱਲਬਾਤ। ਤੁਸੀਂ ਟਰੈਕਟਰ ਦੇਖ ਸਕਦੇ ਹੋ, ਟਰੈਕਟਰ ਵੀ ਇੱਥੇ ਜੱਟਾਂ ਨੇ A1 ਕਲਾਸ ਰੱਖੇ ਨੇ, ਜਿਨ੍ਹਾਂ ਨੂੰ ਗੋਦੀ ਮੀਡੀਆ ਦੱਸ ਰਿਹਾ ਵੀ ਇਹ ਤਾਂ ਜੋ ਕਿਸਾਨ ਨਹੀਂ, ਗੋਦੀ ਮੀਡੀਆ ਨੂੰ ਇਹ ਨਹੀਂ ਪਤਾ ਵੀ ਜੱਟਾਂ ਦੇ ਘਰਾਂ 'ਚ ਕਰੋੜ ਕਰੋੜ ਦੇ ਝੋਟੇ ਵੀ ਖੜ੍ਹੇ ਨੇ ਟਰੈਕਟਰਾਂ ਦੇ ਨਾਲ।